ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਦੇਸ਼ ਭਰ ਦੇ ਕਿਸਾਨਾਂ ਨੇ ਪਿਛਲੇ ਦਿਨੀ 1 ਜੂਨ ਤੋਂ 10 ਜੂਨ ਤੱਕ ਸ਼ਹਿਰਾਂ ਵਿੱਚ ਆਪਣਾ ਕੋਈ ਵੀ ਸਮਾਨ ਜਾਂ ਫਸਲ ਨਾ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਆਮ ਜਨਤਾ ਇਹ ਸੋਚ ਕੇ ਪਰੇਸ਼ਾਨ ਹੈ ਕਿ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੇਗੀ। ਇਸੇ ਮੁਹਿੰਮ ਤੇ ਸਾਡੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਕ ਨੇ ਕੋਟਕਪੂਰਾ ਦੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਮੁੱਦੇ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਆਓ ਦੇਖਦੇ ਹਾਂ ਇਹ ਸਪੈਸ਼ਲ ਰਿਪੋਰਟ। ਜਿੱਦਾਂ ਕਿ ਪੂਰੇ ਪੰਜਾਬ ਦੇ ਵਿੱਚ 1 ਜੂਨ ਤੋਂ ਲੈ ਕੇ 10 ਜੂਨ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 10 ਦਿਨ ਦਾ ਅਲਟੀਮੇਟ ਸਰਕਾਰ ਨੂੰ ਦਿੱਤਾ ਗਿਆ। ਉਹਨਾਂ ਦੀ ਮੰਗ, ਉਹਨਾਂ ਨੇ ਇਹ ਕਿਹਾ ਕਿ 10 ਦਿਨ ਵਾਸਤੇ ਸਬਜ਼ੀਆਂ ਜਿੰਨੀਆਂ ਵੀ ਖੇਤਾਂ ਵਿੱਚ ਉਹਨਾਂ ਦੀ ਉਗਾਈਆਂ ਜਾਂਦੀਆਂ ਉਹ ਸ਼ਹਿਰ ਵਿੱਚ ਨਹੀਂ ਭੇਜੀਆਂ ਜਾਣਗੀਆਂ ਅਤੇ ਦੁੱਧ ਵਗੈਰਾ ਵੀ ਨਹੀਂ ਭੇਜਿਆ ਜਾਊਗਾ। ਅੱਜ ਸਾਡੇ ਨਾਲ ਕੁਝ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਨੀ। 10 ਤਰੀਕ ਨੂੰ ਕਿਸਾਨਾਂ ਵੱਲੋਂ ਜਿਹੜਾ ਸਬਜ਼ੀ ਬੰਦ ਕੀਤੀ ਜਾ ਰਹੀ ਹੈ, ਉਸ ਦੇ ਸੰਬੰਧ 'ਚ ਆਪ ਕੀ ਕਹਿਣਾ ਚਾਹੁੰਦੇ? ਜੋ ਕਿਸਾਨ ਹੈ ਉਹਨਾਂ ਦੀ ਹੜਤਾਲ ਨਾਲ ਪੂਰੀ ਸਹਿਮਤ ਹੈ, ਕਿਉਂਕਿ ਆਪਾਂ ਦੇਖੀਏ ਤਾਂ ਆਪਣੇ ਮਾਰਕੀਟ ਮੇ ਹਰ ਚੀਜ਼ ਦੇ ਰੇਟ ਵੱਧ ਰਹੇ ਹੈ। ਚਾਹੇ ਆਪਾਂ ਪੈਟਰੋਲ ਲੈ ਲਈਏ, ਕੋਈ ਡੀਜ਼ਲ ਲੈ ਲਈਏ, ਕੋਈ ਹੋਰ ਵੀ ਮਾਰਕੀਟ ਦੀ ਕੋਈ ਵੀ ਚੀਜ਼ ਲੈ ਲਓ, ਕੋਸਮੈਟਿਕ ਆਈਟਮ ਲੈ ਲਓ, ਹਰ ਇੱਕ ਚੀਜ਼ ਦੇ ਰੇਟ ਵੱਧ ਰਹੇ ਹੈ। ਲੇਕਿਨ ਆਪਾਂ ਵੀ ਮਾਰਕੀਟ ਸਬਜ਼ੀ ਖਰੀਦਣ ਦੇ ਲਈ ਜਾਂਦੇ ਤਾਂ ਆਪਾਂ ਸੋਚਦੇ ਕਿ ਆਲੂ ਆਪਾਂ ਨੂੰ ਉਹੀ 8 ਰੁਪਏ ਕਿਲੋ, 10 ਰੁਪਏ ਕਿਲੋ ਹੀ ਮਿਲੇ। ਠੀਕ ਹੈ, ਤਾਂ ਕਿਸਾਨਾਂ ਦੀ ਵੀ ਜਾਇਜ਼ ਹੈ ਜੋ ਹੜਤਾਲ ਹੋਊਗੀ, ਕਿਸਾਨਾਂ ਦੀ ਹੜਤਾਲ ਹੋਊਗੀ ਬਿਲਕੁਲ ਜਾਇਜ਼ ਹੈ। ਲੇਕਿਨ ਸਰ ਮੈਂ ਇਹ ਕਹੂੰਗੀ ਕਿ ਜੋ ਗਰਮੀ ਦਾ ਮੌਸਮ ਹੈ, ਆਪਾਂ ਹੁਣ ਸਬਜ਼ੀ ਹੈ, ਸਬਜ਼ੀ ਨੂੰ ਕਿੰਨੇ ਦਿਨ ਦੇ ਲਈ ਸਟੋਰ ਕਰ ਸਕਦੇ? ਨਹੀਂ ਕਰ ਸਕਦੇ। 10 ਦਿਨ ਦੇ ਵਿੱਚ ਤਾਂ ਫਿਰ ਸਬਜ਼ੀ ਇੰਨੀ ਖਰਾਬ ਹੋ ਜੂਗੀ, ਦਾਲਾਂ ਆਪਾਂ ਕਿੰਨੇ ਦਿਨ ਖਾ ਲੈਣਗੇ? ਰਹੀ ਸਬਜ਼ੀ, ਦਾਲ ਵੀ ਖਾ ਕੇ ਚਲੋ ਚਲਾ ਸਕਦੇ, ਘਰੇ ਛੋਟੇ ਛੋਟੇ ਬੱਚੇ, ਅਗਰ ਦੁੱਧ ਨਹੀਂ ਮਿਲੇਗਾ ਤਾਂ ਬੱਚੇ ਦੁੱਧ ਕਿਵੇਂ ਸਰਵਾਈਵ ਕਰਨਗੇ? ਉਸ ਤੋਂ ਬਗੈਰ ਆਪਾਂ ਕਿਸੇ ਵੀ ਤਰ੍ਹਾਂ ਕਰ ਸਕਦੇ, ਕੋਲਡ ਡਰਿੰਕ ਪੀ ਲੈਣਗੇ, ਕੁਛ ਕਰ, ਲੇਕਿਨ ਛੋਟੇ ਛੋਟੇ ਬੱਚੇ ਜੋ ਸਰਵਾਈਵ ਨਹੀਂ ਕਰ ਸਕਦੇ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੜਤਾਲ ਨਹੀਂ ਕਰਨੀ ਚਾਹੀਦੀ ਆਪਾਂ, ਤਾਂ ਕਿਸਾਨ ਵੀ ਕੀ ਕਰੂਗਾ, ਉਹ ਕਿੱਥੋਂ ਕਮਾਊਗਾ? ਤਾਂ ਕਰਕੇ ਮੇਰੇ ਹਿਸਾਬ ਨਾਲ ਉਹਨਾਂ ਦੀ ਮੰਗਾਂ ਨੂੰ ਵੀ ਦੇਖਣਾ ਚਾਹੀਦਾ, ਲੇਕਿਨ ਹੜਤਾਲ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਆਪਾਂ 10 ਦਿਨ ਦੇ ਲਈ, 12 ਦਿਨ ਦੇ ਲਈ, 8 ਦਿਨ ਵੀ ਸਰਵਾਈਵ ਨਹੀਂ ਕਰ ਸਕਦੇ ਬਗੈਰ ਸਬਜ਼ੀ ਤੋਂ, ਬਗੈਰ ਦੁੱਧ ਤੋਂ। ਗਲਤ ਹੈ, ਕਿਉਂਕਿ ਜੋ ਆਦਮੀ ਰੋਜ਼ ਕਮਾ ਰਿਹਾ ਹੈ ਉਸਕੇ ਲਈ ਮੁਸ਼ਕਿਲ ਹੋ ਜਾਏਗਾ। ਹਮ ਲੋਕ ਜੋ ਡੇਲੀ ਫਰੈਸ਼ ਵੈਜੀਟੇਬਲਸ ਖਰੀਦਦੇ ਹਾਂ ਉਸਕੇ ਲਈ ਪ੍ਰੋਬਲਮ ਆਏਗੀ, ਔਰ ਰੋਜ਼ਗਾਰ, ਕਿੰਨੇ ਲੋਕੋ ਕੋ ਰੋਜ਼ਗਾਰ ਮਿਲ ਰਿਹਾ ਹੈ ਡੇਲੀ, ਔਰ ਹਰ ਆਦਮੀ ਚਾਹਤਾ ਕਿ ਹਮ ਡੇਲੀ ਫਰੈਸ਼ ਸਬਜ਼ੀ ਲੈ ਕੇ ਆਏ, ਫਰਿਜ ਮੇ ਇਤਨੀ ਜਗ੍ਹਾ ਵੀ ਨਹੀਂ ਹੁੰਦੀ ਕਿ ਹਮ ਇਤਨਾ ਸਟੋਰ ਕਰਕੇ ਰੱਖ ਸਕੇ, 10 ਦਿਨ ਤੋਂ ਬਹੁਤ ਜ਼ਿਆਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਬੰਦ ਹੋਵੇ, ਪਰ ਮਜਬੂਰੀ ਵੱਸ ਕਿਸਾਨ ਜਿਹੜੇ ਹੈਗੇ ਆ ਬਹੁਤ ਹੀ ਮਜਬੂਰੀ ਵੱਸ ਇਹ ਕਦਮ ਚੁੱਕ ਰਹੇ ਆ, ਕਿਉਂਕਿ 1966 ਤੋਂ ਲੈ ਕੇ ਜੋ ਰੇਟ ਬਣਦੇ ਸੀਗੇ, ਸੂਚਕਾਂਕਾਂ ਜੋੜਨਾ ਸੀ ਸਿਸਟਮ ਕਿਸਾਨਾਂ ਦਾ, ਉਹ ਨਹੀਂ ਜੋੜਿਆ ਗਿਆ, ਜਿਸ ਕਾਰਨ ਕਿਸਾਨੀ ਫੇਲ ਹੋ ਗਈ, ਜਿਸ ਦੇ ਸਿੱਟੇ ਵਜੋਂ ਇਹ 1 ਤੋਂ ਜਿਹੜਾ ਹੈਗਾ 10 ਜੂਨ ਦਾ ਇਹ ਮਜਬੂਰ ਨੇ ਕਿਸਾਨਾਂ ਨੂੰ ਕਦਮ ਚੁੱਕਣਾ ਪੈ ਰਿਹਾ। ਸਰਕਾਰ ਨੂੰ ਚਾਹੀਦਾ ਇਸ ਵੱਲ ਤੁਰੰਤ ਕੋਈ ਬੋਰਡ ਨਿਯੁਕਤ ਕਰੇ ਜਿਹੜਾ ਕਿਸਾਨਾਂ ਦੀ ਜਿਹੜੀ ਹਰ ਫਸਲ ਦਾ ਭਾਅ ਨਿਰਧਾਰਤ ਕਰੇ, ਦੁੱਧ ਦਾ ਨਿਰਧਾਰਤ ਕਰੇ, ਤਾਂ ਜੋ ਉਹਨਾਂ ਨੂੰ ਮਿਹਨਤ ਦਾ ਮੁੱਲ ਮਿਲੇ। ਮਜ਼ਦੂਰ ਇਹ ਕਹਿਣਾ ਚਾਹੁੰਦਾ ਵੀ ਨਾਲ ਸਾਡੀ ਲੇਬਰ ਵੀ ਵਧੇ, ਜਿਵੇਂ ਦੁੱਧ ਦੇ ਭਾਅ ਵੱਧ ਗਏ, ਸਬਜ਼ੀਆਂ ਦੇ ਭਾਅ ਵੱਧ ਗਏ, ਇਸ ਕਰਕੇ ਫਿਰ ਨਾਲ ਸਾਡਾ ਵੀ ਸਰਕਾਰ ਚੱਲੂਗਾ, ਨਹੀਂ ਅਸੀਂ ਤਾਂ ਫਿਰ ਗਰੀਬ ਭੁੱਖੇ ਹੀ ਮਰਾਂਗੇ। ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਆ, ਬਟ ਇਹਦੇ ਕਰਕੇ ਅਸੀਂ ਹੁਣ ਜਿੱਦਾਂ ਸ਼ਹਿਰ 'ਚ ਰਹਿੰਦੇ ਹਾਂ, ਛੋਟੇ ਬੱਚੇ ਆ, ਉਹਨਾਂ ਦੇ ਵਾਸਤੇ ਦੁੱਧ ਬਹੁਤ ਜ਼ਰੂਰੀ ਹੈ। ਜਦੋਂ ਦੁੱਧ ਵੀ ਬੰਦ ਕਰ ਦਿੱਤਾ ਗਿਆ ਤਾਂ ਉਹ ਅਸੀਂ ਕੀ ਕਰਾਂਗੇ? ਹੁਣ ਦੇਖੋ ਅਸੀਂ ਸਾਰੀ ਸਬਜ਼ੀ ਲੈ ਕੇ ਜਾ ਰਹੇ ਹਾਂ, 10 ਡੇਜ਼ ਟੂ ਮੱਚ ਆ। ਹਾਂ, ਹੁਣ ਮੰਗਾਂ ਮਨਾਉਣ ਵਾਸਤੇ ਕੋਈ ਹੋਰ ਢੰਗ ਲੱਭਿਆ ਜਾਣਾ ਚਾਹੀਦਾ ਸੀਗਾ, ਵੀ ਜਿਹਦੇ ਨਾਲ ਆਮ ਜਿਹੜੇ ਲੋਕ ਹੈ, ਜਿਹੜੇ ਇਹ ਹੈ, ਇਹ ਵੀ ਡੇਲੀ ਮਤਲਬ ਕਿ ਅਰਨ ਕਰਦੇ ਆ ਅਤੇ ਉਹੀ ਖਾਂਦੇ ਆ। ਕਈ ਲੋਕਾਂ ਦਾ ਇਹ ਹੈ 10 ਦਿਨ ਆਹ ਸਬਜ਼ੀ ਵਗੈਰਾ ਬੰਦ ਹੈ, ਇਹਨਾਂ ਦਾ ਕੰਮ ਵੀ ਬੰਦ ਹੈ, ਨਾਲ ਜਿਹੜੇ ਆਪਾਂ ਲੋਕ ਹੈ ਆਪਣੇ ਵਾਸਤੇ ਵੀ ਇਹ ਬਹੁਤ ਨੁਕਸਾਨਦਾਇਕ ਹੈ। ਇਹਦੇ ਵਾਸਤੇ ਕੋਈ ਹੋਰ ਢੰਗ ਲੱਭਿਆ ਜਾਣਾ ਚਾਹੀਦਾ ਸੀ, ਜਾਂ ਇਹ ਸਿਰਫ 2 ਜਾਂ 3 ਦਿਨ
ਹੁੰਦਾ ਤਾਂ ਇਹ ਠੀਕ ਸੀ। 10 ਡੇਜ਼ ਇਹ ਬਹੁਤ ਹੀ ਲੰਬਾ ਸਮਾਂ ਹੈ, ਆਪਾਂ 10 ਡੇਜ਼ ਔਖੇ ਸੌਖੇ ਕੱਟ ਲਾਂਗੇ, ਪਰ ਜਿਹੜੇ ਬੱਚੇ ਆ ਉਹਨਾਂ ਵਾਸਤੇ ਬਹੁਤ ਹੀ ਮੁਸ਼ਕਲ ਹੈ। ਦੇਖਦੇ ਹਾਂ ਹੁਣ ਪੰਜਾਬ ਸਰਕਾਰ ਲੋਕਾਂ ਦੀਆਂ ਮੰਗਾਂ, ਲੋਕਾਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖਦੀ ਆ ਜਾਂ ਪੰਜਾਬ ਜੋ ਕਿਸਾਨ ਵੀਰ ਨੇ ਉਹਨਾਂ ਦੀਆਂ ਮੰਗਾਂ ਨੂੰ ਕਦੋਂ ਤੱਕ ਮੰਨਦੀ ਹੈ ਕਿ ਜੇਕਰ ਸਰਕਾਰ 10 ਦਿਨ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜੋ ਡੇਲੀ ਦੀਆਂ ਵਸਤਾਂ ਖਾਣ ਪੀਣ ਵਾਲੀਆਂ ਤਾਂ ਉਸ ਨਾਲ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਭਾਰਤੀ ਕਿਸਾਨ ਸੰਘ ਅਤੇ ਦੇਸ਼ ਦੀਆਂ ਕਈ ਯੂਨੀਅਨ ਨੇ ਕਿਸਾਨਾਂ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਇਹ ਸਾਰੇ ਅੰਦੋਲਨ ਦਾ ਕਾਰਨ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਵਾਜਬ ਮੁੱਲ ਨਾ ਮਿਲਣਾ ਹੈ। ਭਾਰਤ ਨੂੰ ਖੇਤੀਬਾੜੀ ਦਾ ਦੇਸ਼ ਕਿਹਾ ਜਾਂਦਾ ਹੈ, ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨਾਂ ਵੱਲੋਂ ਅਜਿਹਾ ਕਦਮ ਉਠਾਉਣਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਾ ਹੈ। ਫਰੀਦਕੋਟ ਤੋਂ ਗੁਰਪ੍ਰੀਤ ਸਿੰਘ ਗੌਰਖ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ NRI TV।